ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਜ਼ਿੰਮਾ ਚੁੱਕਣ ਵਾਲੀ ਪੰਜਾਬ ਪੁਲਿਸ ਹੁਣ ਖੁਦ ਨਸ਼ੇ ਦੀ ਨਾਮੁਰਾਦ ਬਿਮਾਰੀ ਦੀ ਲਪੇਟ 'ਚ ਆ ਚੁੱਕੀ ਹੈ। ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਕੁਝ ਦਿਨਾਂ 'ਚ ਕਰਵਾਏ ਗਏ ਸਰਵੇ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਜ਼ਿਲ੍ਹੇ ਨਾਲ ਸੰਬੰਧਿਤ ਕਰੀਬ 100 ਮੁਲਾਜ਼ਮ ਵੱਖ-ਵੱਖ ਤਰ੍ਹਾਂ ਦਾ ਨਸ਼ਾ ਕਰਨ ਦੇ ਆਦੀ ਨੇ ਅਤੇ ਇਹਨਾਂ ਦਾ ਡੋਪ ਟੈਸਟ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ। ਇਸ ਸਬੰਧ 'ਚ SSP ਵਿਕਰਮਜੀਤ ਦੁੱਗਲ ਨਾਲ ਗੱਲ ਕਰਨ 'ਤੇ ਉਹਨਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਕਈ ਮੁਲਾਜ਼ਮ ਨਸ਼ੇ ਦੇ ਆਦੀ ਹੋਏ ਨੇ, ਜਿਨ੍ਹਾਂ ਦੇ ਖਿਲਾਫ਼ ਕਾਰਵਾਈ ਵੀ ਕੀਤੀ ਗਈ ਸੀ ਅਤੇ ਹੋਰ ਕਈ ਨਸ਼ਾ ਕਰਨ ਵਾਲੇ ਮੁਲਾਜ਼ਮਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਫਿਰ ਵੀ ਨਾ ਸੁਧਰਿਆ ਤਾਂ ਉਸ ਨੂੰ ਡਿਸਮਿਸ ਕੀਤਾ ਜਾਵੇਗਾ। ਪੰਜਾਬ ਪੁਲਿਸ ਨੇ ਵੀ ਕਈ ਮੁਲਾਜ਼ਮ ਐਸੇ ਹੈ ਜੋ ਕਿ ਇਸ ਨਸ਼ੇ ਸੇ ਪੀੜਿਤ ਹੋ ਚੁੱਕੇ ਹੈ। ਤੋ ਆਪਕਾ ਇਹ ਸਵਾਲ ਬਿਲਕੁਲ ਵਾਜਿਬ ਹੈ। ਇਸਮੇ ਹਮਾਰੇ ਡਿਸਟ੍ਰਿਕਟ ਮੇ ਅੰਮ੍ਰਿਤਸਰ ਰੂਰਲ ਡਿਸਟ੍ਰਿਕਟ ਮੇ ਕਈ ਕੇਸਿਸ ਸਾਹਮਣੇ ਆਏ ਹੈ ਜਿਸਮੇ ਕਿ ਪੁਲਿਸ ਮੁਲਾਜ਼ਮ ਇਹ ਡਰੱਗ ਅਬਿਊਜ਼ ਕਰਦੇ ਥੇ, ਉਨਕੇ ਖਿਲਾਫ਼ ਕਾਰਵਾਈ ਹੋਈ ਹੈ। ਇਸਸੇ ਪਹਿਲੇ ਕਈ ਜਣੇ ਸਸਪੈਂਡ ਵੀ ਹੋਏ ਹੈ, ਕਈ ਮੁਲਾਜ਼ਮ ਡਿਸਮਿਸ ਵੀ ਹੋਏ ਹੈ, ਕਈ ਮੁਲਾਜ਼ਮੋਂ ਕੇ ਖਿਲਾਫ਼ ਕ੍ਰਿਮੀਨਲ ਕਾਰਵਾਈ ਵੀ ਹੋਈ ਹੈ ਔਰ ਕਈਓਂ ਕੋ ਜੇਲ੍ਹ ਵੀ ਭੇਜਾ ਗਿਆ ਹੈ। ਔਰ ਇੱਕ ਸਟਰੋਂਗ ਮੈਸੇਜ ਦਿਆ ਗਿਆ ਹੈ ਕਿ ਅਗਰ ਪੰਜਾਬ ਪੁਲਿਸ ਨੇ ਡਰੱਗ ਪੈਡਲਰਸ ਕੋ ਸਮਗਲਰਸ ਕੋ ਪਕੜਨਾ ਹੈ ਔਰ ਇਸ ਜੋ ਪ੍ਰੋਬਲਮ ਕੋ ਸੋਲਵ ਕਰਨਾ ਹੈ, ਲੋਗੋਂ ਕੋ ਸਾਥ ਲੈ ਕੇ ਚੱਲਣਾ ਹੈ, ਤੋ ਸਭਸੇ ਪਹਿਲੇ ਖੁਦ ਠੀਕ ਤਰ੍ਹਾਂ ਸੇ ਰਹਿਣਾ ਪੜੇਗਾ, ਜਿਸਮੇ ਕਿ ਡਰੱਗ ਅਬਿਊਜ਼ ਵਾਲੀ ਬਾਤ ਨਹੀਂ ਹੋਣੀ ਚਾਹੀਏ। ਅਬ ਇਸਮੇ ਕਈ ਮੁਲਾਜ਼ਮ ਜੈਸੇ ਮੈਨੇ ਕਿਹਾ ਕਿ ਕਈਓਂ ਕੇ ਖਿਲਾਫ਼ ਐਕਸ਼ਨ ਲਿਆ ਗਿਆ, ਕਈ ਇਸਮੇ ਹਮਨੇ ਆਇਡੈਂਟੀਫਾਈ ਵੀ ਕੀਏ ਔਰ ਉਨਕਾ ਥੋਰੋ ਮੈਡੀਕਲ ਚੈੱਕਅਪ ਵੀ ਕਰਵਾਇਆ, ਉਸਮੇ ਡੋਪ ਟੈਸਟ ਵੀ ਕਰਵਾਏ ਕਈ ਮੁਲਾਜ਼ਮੋਂ ਕੇ। ਤੋ ਉਸੀ ਤਰ੍ਹਾਂ ਸੇ ਅਬ ਬਾਤ ਇਹ ਆਤੀ ਹੈ ਕਿ ਉਨਕੋ ਰੀਹੈਬਿਲਿਟੇਸ਼ਨ ਉਨਕੀ ਰੀਹੈਬਿਲਿਟੇਸ਼ਨ ਕੀ, ਉਨਕੋ ਵਾਰਨਿੰਗ ਦੇਨੇ ਕੀ ਕਿ ਆਪ ਇਸ ਤਰ੍ਹਾਂ ਸੇ ਆਪਕਾ ਰਵੱਈਆ ਹੈ ਤੋ ਇਹ ਪ੍ਰੋਪਰ ਨਹੀਂ ਹੈ। ਤੋ ਉਸ ਤਰ੍ਹਾਂ ਸੇ ਉਨਕੀ ਰੀਹੈਬਿਲਿਟੇਸ਼ਨ ਕਾ, ਉਨਕੀ ਵਾਰਨਿੰਗ ਕਾ, ਉਨਕੋ ਕੁਛ ਟਾਈਮ ਦੇਨੇ ਕਾ, ਅਗਰ ਉਹ ਇਸ ਚੀਜ਼ ਕੋ ਫੋਲੋ ਕਰਤੇ ਹੈ, ਗਾਈਡਲਾਈਨਸ ਕੋ ਫੋਲੋ ਕਰਤੇ ਹੈ, ਉਹ ਆਪਣੇ ਆਪ ਕੋ ਸਾਫ਼ ਸੁਥਰਾ ਰੱਖਤੇ ਹੈ, ਤੋ ਹਮ ਉਹਨੇ ਜ਼ਰੂਰ ਇੱਕ ਚਾਂਸ ਦੇਂਗੇ। ਔਰ ਅਗਰ ਉਹ ਗਾਈਡਲਾਈਨਸ ਕੋ ਫੋਲੋ ਨਹੀਂ ਕਰਤੇ ਹੈ, ਅਗਰ ਉਹ ਫਿਰ ਸੇ ਡਰੱਗ ਅਬਿਊਜ਼ ਕੀ ਤਰਫ ਜਾਤੇ ਹੈ ਜਾਂ ਆਪਣਾ ਰਵੱਈਆ ਉਹ ਚੇਂਜ ਨਹੀਂ ਕਰਤੇ, ਤੋ ਉਨਕੇ ਖਿਲਾਫ਼ ਸਖ਼ਤ ਸੇ ਸਖ਼ਤ ਡਿਪਾਰਟਮੈਂਟ ਕੀ ਤਰਫ ਸੇ ਵੀ ਕਾਰਵਾਈ ਕੀ ਜਾਏਗੀ। ਔਰ ਅਗਰ ਉਨਕੀ ਕਲਪੇਬਿਲਿਟੀ ਆਤੀ ਹੈ ਕਿਸੀ ਸਮਗਲਰ ਕੇ ਸਾਥ ਮਿਲਨੇ ਕੀ ਜਾਂ ਕੁਛ ਐਸਾ ਕਰਨੇ ਕੀ ਜੋ ਕਿ ਕਾਨੂੰਨ ਕੇ ਖਿਲਾਫ਼ ਹੈ, ਤੋ ਉਨਕੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀ ਜਾਏ। ਪਰ ਕੋਈ ਡਰੱਗ ਅਬਿਊਜ਼ ਕਰਤਾ ਹੈ, ਅਗਰ ਹਮੇ ਸ਼ੱਕ ਹੈ ਕਿ ਕੋਈ ਮੁਲਾਜ਼ਮ ਹਮਾਰਾ ਡਰੱਗ ਅਬਿਊਜ਼ ਕਰਤਾ ਹੈ, ਤੋ ਉਸ ਕੇਸ ਮੇਂ ਯਹੀ ਰਹਿਤਾ ਹੈ ਕਿ ਏਕ ਤੋ ਉਸਕੇ ਉੱਪਰ ਕਾਰਵਾਈ ਹੋ, ਅਗਰ ਵੋ ਇਸਕਾ ਵਿਕਟਿਮ ਬਣ ਚੁੱਕਾ ਹੈ ਤੋ ਵੋ ਰੀਹੈਬਿਲਿਟੇਟ ਹੋ, ਔਰ ਅਗਰ ਉਸਸੇ ਵੀ ਆਗੇ ਜਾ ਚੁੱਕਾ ਹੈ ਜਾਂ ਪੈਡਲਿੰਗ ਮੇਂ ਜਾ ਚੁੱਕਾ ਹੈ ਤੋ ਉਸਕੇ ਵੋ ਕਿਸ ਸਮਗਲਰ ਕੇ ਸਾਥ ਪੈਡਲਰ ਕੇ ਸਾਥ ਮਿਲਾ ਹੋਇਆ ਹੈ, ਉਸਕੋ ਵੀ ਆਇਡੈਂਟੀਫਾਈ ਕਰਕੇ ਉਨਕੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀ ਜਾਏ। ਪੰਜਾਬ 'ਚ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਪੁਲਿਸ ਖੁਦ ਨਸ਼ੇ ਦੀ ਆਦੀ ਹੋ ਚੁੱਕੀ ਹੈ। ਸ਼ਾਇਦ ਪੰਜਾਬ ਦੀਆਂ ਜੇਲ੍ਹਾਂ ਅੰਦਰ ਵੀ ਨਸ਼ਾ ਨਾ ਖਤਮ ਹੋਣ ਦਾ ਵੱਡਾ ਕਾਰਨ ਇਹ ਹੋਈ ਹੈ। ਫਿਲਹਾਲ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਪੰਜਾਬ ਪੁਲਿਸ ਦੇ ਜਵਾਨ ਆਪ ਹੀ ਨਸ਼ੇ ਦੀ ਦਲਦਲ 'ਚ ਫਸੇ ਹੋਏ ਨੇ ਤਾਂ ਪੰਜਾਬ ਪੁਲਿਸ ਤੋਂ ਨਸ਼ਾ ਖਤਮ ਕਰਨ ਦੀ ਉਮੀਦ ਕਿਸ ਆਧਾਰ 'ਤੇ ਕੀਤੀ ਜਾ ਸਕਦੀ ਹੈ? ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ।